ਸਤਿ ਸ਼੍ਰੀ ਅਕਾਲ ਪੰਜਾਬ ਭਾਰਤ ਤੇ ਕੈਨੇਡਾ ਦੀਆਂ ਇੰਗਲਿਸ਼ ਪੰਜਾਬੀ ਅਤੇ ਗੁਜਰਾਤੀ ਦੀਆਂ ਖਬਰਾਂ ਦੇ ਇੱਕਮਾਤਰ ਪੋਰਟਲ ਇੰਡੀਅਨ ਟਾਈਮਜ਼ daily.com ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਇਸ ਵਿੱਚ ਤੁਹਾਨੂੰ ਸਾਬਿਤ ਕਾਰੋਬਾਰਾਂ ਤੇ ਸਾਧਨਾਂ ਦੀ ਜਾਣਕਾਰੀ ਵੀ ਮਿਲੇਗੀ। ਮੇਰਾ ਨਾਮ ਅਨੂਜਾ ਕਸ਼ਪ ਹੈ ਅਤੇ ਅੱਜ ਦੀਆਂ ਮੁੱਖ ਖਬਰਾਂ ਹਨ। ਪੰਜਾਬ ਵਿੱਚ ਰਾਜ ਓਪੀਅਮ ਜ਼ਬਤੀ ਵਿੱਚ ਦੇਸ਼ ਦੀ ਸੂਚੀ ਵਿੱਚ ਸਭ ਤੋਂ ਉੱਤੇ ਹੈ ਅਤੇ ਇੱਕੋ ਜ਼ਮੀਨ ਨੂੰ ਹਾਸਲ ਕਰਨ ਦੇ ਲਈ ਸਰਕਾਰੀ ਖਜ਼ਾਨੇ ਵਿੱਚੋਂ ਕਈ ਵਾਰ ਕਰੋੜ ਰੁਪਏ ਖਰਚੇ ਕੀਤੇ ਗਏ। ਭਾਰਤ ਵਿੱਚ ਕਥਿਤ ਡੇਟਾ ਚੋਰੀ ਦੇ ਮੁੱਦੇ ਤੇ ਕਾਂਗਰਸ ਅਤੇ ਭਾਜਪਾ ਨੇ ਦੋਸ਼ਾਂ ਦਾ ਵਪਾਰ ਕੀਤਾ ਹੈ ਅਤੇ ਸਟੀਵਨ ਸਮਿਥ ਦੀ ਜਗ੍ਹਾ ਹੁਣ ਰਾਜਸਥਾਨ ਰਾਇਲਸ ਦੇ ਕੈਪਟਨ ਕ੍ਰਿਕੇਟਰ ਅਜਿੰਕਿਆ ਰਹਾਣੇ ਹੋਣਗੇ। ਕੈਨੇਡਾ ਵਿੱਚ 4 ਰਸ਼ੀਅਨ ਡਿਪਲੋਮੈਟਸ ਨੂੰ ਦੇਸ਼ ਵਿੱਚੋਂ ਕੱਢ ਦਿੱਤਾ ਗਿਆ ਹੈ ਅਤੇ ਰੀਅਲ ਇਸਟੇਟ ਟਾਈਕੂਨ ਬੌਬ ਢਿੱਲਨ ਆਪਣੀ ਯੂਨੀਵਰਸਿਟੀ ਦੇ ਲਈ ਭਾਰਤ ਤੋਂ ਵਿਦਿਆਰਥੀ ਲਿਆਉਣਗੇ। ਸਾਡੇ ਨਾਲ ਜੁੜੇ ਰਹੋ ਦੋਸਤੋ, ਅਸੀਂ ਪੰਜਾਬ, ਭਾਰਤ ਤੇ ਕੈਨੇਡਾ ਦੀਆਂ ਮਹੱਤਵਪੂਰਨ ਖਬਰਾਂ ਦੇ ਨਾਲ ਜਲਦ ਵਾਪਸ ਆਵਾਂਗੇ। ਇੰਡੀਅਨ ਟਾਈਮਜ਼ ਡੇਲੀ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਪੰਜਾਬ ਦੀਆਂ 10 ਮੁੱਖ ਖਬਰਾਂ ਹਨ। ਨਾਰਕੋਟਿਕਸ ਕੰਟਰੋਲ ਬਿਊਰੋ ਦੀ ਤਾਜ਼ਾ ਰਿਪੋਰਟ ਦੇ ਮੁਤਾਬਕ ਪੰਜਾਬ ਓਪੀਅਮ ਜ਼ਬਤ ਕਰਨ ਦੇ ਦੇਸ਼ ਦੀ ਸੂਚੀ ਵਿੱਚ ਸਭ ਤੋਂ ਉੱਤੇ ਹੈ। ਰਾਜ ਨੇ ਕੁਝ 505 ਕਿਲੋ ਓਪੀਅਮ ਜ਼ਬਤ ਕੀਤਾ ਹੈ, ਜਿਸ ਤੋਂ ਬਾਅਦ ਰਾਜਸਥਾਨ ਆਉਂਦਾ ਹੈ ਜਿੱਥੇ 429 ਕਿਲੋ ਓਪੀਅਮ ਜ਼ਬਤ ਹੋਇਆ ਹੈ। ਪੰਜਾਬ ਨੇ 406 ਕਿਲੋ ਹੈਰੋਇਨ ਵੀ ਜ਼ਬਤ ਕੀਤੀ ਹੈ ਅਤੇ ਹੈਰੋਇਨ ਜ਼ਬਤ ਕਰਨ ਵਿੱਚ ਦੇਸ਼ ਦੀ ਸੂਚੀ ਵਿੱਚ ਦੂਜੇ ਨੰਬਰ 'ਤੇ ਆਇਆ ਹੈ। ਰਾਜ ਨੇ ਇੱਕੋ ਜ਼ਮੀਨ ਨੂੰ ਹਾਸਲ ਕਰਨ ਦੇ ਲਈ ਸਰਕਾਰੀ ਖਜ਼ਾਨੇ ਵਿੱਚੋਂ ਕਈ ਵਾਰ ਕਰੋੜ ਰੁਪਏ ਖਰਚ ਕੀਤੇ ਹਨ। ਇਸ ਨੇ 1968 ਤੋਂ 2008 ਦੇ ਵਿੱਚ 4 ਵਾਰ ਚੰਡੀਗੜ੍ਹ ਹਵਾਈ ਅੱਡੇ ਦੇ ਵਿਕਾਸ ਦੇ ਲਈ ਜੋਰੀ ਪਿੰਡ ਵਿੱਚ ਜ਼ਮੀਨ ਹਾਸਲ ਕੀਤੀ ਹੈ। 2008 ਵਿੱਚ ਸਰਕਾਰ ਨੇ 23 ਕਰੋੜ ਰੁਪਏ ਉਸ ਜ਼ਮੀਨ ਵਾਸਤੇ ਦਿੱਤੇ ਸੀ। ਜਸਟਿਸ ਰਣਜੀਤ ਸਿੰਘ ਕਮਿਸ਼ਨ ਨੇ ਦਾਅਵਾ ਕੀਤਾ ਹੈ ਕਿ ਸਾਬਕਾ ਡਿਪਟੀ ਸੀਐਮ ਸੁਖਬੀਰ ਸਿੰਘ ਬਾਦਲ ਇੱਕ ਬੇਅਦਬੀ ਵਾਲੀ ਘਟਨਾ ਦੀ ਜਾਣਕਾਰੀ ਨੂੰ ਛੁਪਾ ਰਹੇ ਹਨ। ਬਾਦਲ ਨੇ ਪਹਿਲੇ ਦਾਅਵਾ ਕੀਤਾ ਸੀ ਕਿ ਉਹ ਇਸ ਸਬੂਤ ਤੋਂ ਵਾਕਿਫ ਹਨ। ਕਮਿਸ਼ਨ 2015 ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵਾਲੀ ਘਟਨਾ ਦੀ ਜਾਂਚ ਕਰ ਰਹੀ ਹੈ। ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਭਾਰਤ ਅਤੇ ਪਾਕਿਸਤਾਨ ਦੀ ਵੰਡ ਦੇ ਸਮੇਂ ਨੂੰ ਇਤਿਹਾਸ ਵਿੱਚ ਸਭ ਤੋਂ ਜ਼ਿਆਦਾ ਦੁਖਦਾਈ ਘਟਨਾ ਦੱਸਿਆ ਹੈ। ਸਿੰਘ ਨੇ ਅੰਮ੍ਰਿਤਸਰ ਵਿੱਚ ਇੰਡੋ ਪਾਕ ਪਾਰਟੀਸ਼ਨ ਮਿਊਜ਼ੀਅਮ ਦੇ ਦੌਰੇ ਦੇ ਦੌਰਾਨ ਇਹ ਬਿਆਨ ਦਿੱਤਾ ਸੀ। ਉਹ ਆਪਣੀ ਪਤਨੀ ਨਾਲ ਇਸ ਪਵਿੱਤਰ ਸ਼ਹਿਰ ਵਿੱਚ 2 ਦਿਨ ਲਈ ਹਨ। ਆਮ ਆਦਮੀ ਪਾਰਟੀ ਨੇ ਅਧਿਕਾਰਿਕ ਤੌਰ ਉੱਤੇ ਐਲਾਨ ਕੀਤਾ ਹੈ ਕਿ 2019 ਵਿੱਚ ਹਰਿਆਣਾ ਦੀ ਅਸੈਂਬਲੀ ਦੇ ਚੁਣਾਵ ਵਿੱਚ ਉਹ ਸ਼ੁਰੂਆਤ ਕਰਨਗੇ। ਇਹ ਐਲਾਨ ਦਿੱਲੀ ਦੇ ਸੀਐਮ ਅਰਵਿੰਦ ਕੇਜਰੀਵਾਲ ਨੇ ਹਿਸਾਰ ਦੀ ਰੈਲੀ ਦੇ ਦੌਰਾਨ ਕੀਤਾ ਸੀ। ਉਹਨਾਂ ਨੇ ਕਿਸਾਨਾਂ ਦੀ ਭਲਾਈ ਲਈ ਸਿਫਾਰਿਸ਼ ਕਰਨ ਦਾ ਵਾਅਦਾ ਵੀ ਕੀਤਾ ਹੈ। ਲੋਕ ਇਨਸਾਫ਼ ਪਾਰਟੀ ਦੇ ਸੰਸਥਾਪਕ ਬੇਨਸ ਭਰਾਵਾਂ ਨੇ ਇਹ ਧਮਕੀ ਦਿੱਤੀ ਹੈ ਕਿ ਜੇ ਰਾਜ ਵਿੱਚ ਖੁਦਾਈ ਸੁਚਾਰੂ ਨਹੀਂ ਹੋਵੇਗੀ ਤਾਂ 10 ਦਿਨਾਂ ਵਿੱਚ ਉਹ ਅੰਦੋਲਨ ਸ਼ੁਰੂ ਕਰ ਦੇਣਗੇ। ਪੰਜਾਬ ਅਸੈਂਬਲੀ ਦੇ ਬਾਹਰ ਬੋਲਦੇ ਹੋਏ ਬੇਨਸ ਭਰਾਵਾਂ ਨੇ ਬਿਆਨ ਜਾਰੀ ਕੀਤਾ ਹੈ। ਉਹਨਾਂ ਨੇ ਸ਼ਿਕਾਇਤ ਕੀਤੀ ਹੈ ਕਿ ਰੇਤ ਦੀ ਕੀਮਤ ਬਹੁਤ ਜ਼ਿਆਦਾ ਵੱਧ ਗਈ ਹੈ। ਪਾਕਿਸਤਾਨ ਸਰਕਾਰ ਨੇ ਪਹਿਲੀ ਵਾਰ ਫਰੀਡਮ ਫਾਈਟਰ ਸ਼ਹੀਦ ਭਗਤ ਸਿੰਘ ਦੀ ਕੇਸ ਫਾਈਲ ਦੇਸ਼ ਵਿੱਚ ਪ੍ਰਦਰਸ਼ਿਤ ਕੀਤੀ ਹੈ। ਭਗਤ ਸਿੰਘ ਦੇ ਮਸ਼ਹੂਰ ਅਸੈਂਬਲੀ ਬੰਬ ਹਮਲੇ ਨਾਲ ਜੁੜੀਆਂ 160 ਫਾਈਲਾਂ ਹੁਣ ਜਨਤਕ ਤੌਰ ਤੇ ਪ੍ਰਦਰਸ਼ਿਤ ਹੋਣਗੀਆਂ। ਇਹ ਫਾਈਲਾਂ ਲਾਹੌਰ ਵਿੱਚ 80 ਸਾਲਾਂ ਤੋਂ ਪਈ ਸਨ। ਪ੍ਰਸਿੱਧ ਸਰਜਨ ਡਾਕਟਰ ਸੰਤੋਖ ਸਿੰਘ ਹੁਣ ਚੀਫ ਖਾਲਸਾ ਦੀਵਾਨ ਦੇ ਨਵੇਂ ਪ੍ਰਧਾਨ ਹਨ। ਇਹ ਸਮੂਹ 115 ਸਾਲ ਪੁਰਾਣਾ ਸਿੱਖ ਚੈਰੀਟੇਬਲ ਸੁਸਾਇਟੀ ਹੈ। ਜਿਸਮਾਨੀ ਛੇੜਛਾੜ ਦੇ ਦੋਸ਼ਾਂ ਵਿੱਚ ਫਸੇ ਸਾਬਕਾ ਚੀਫ ਚਰਨਜੀਤ ਸਿੰਘ ਚੱਡਾ ਦੇ ਜਾਣ ਤੋਂ ਬਾਅਦ ਚੁਣਾਵ ਹੋਏ ਸਨ। ਜੰਗ-ਏ-ਆਜ਼ਾਦੀ ਮੈਮੋਰੀਅਲ ਰਾਜ ਦੇ ਅਤੇ ਦੇਸ਼ ਦੇ ਹੋਰ ਰਾਜਾਂ ਦੇ ਲੋਕਾਂ ਦੇ ਗੁੱਸੇ ਦੀ ਵਜ੍ਹਾ ਬਣ ਗਈ ਹੈ। ਇਹ ਆਜ਼ਾਦੀ ਦੇ ਸੰਘਰਸ਼ ਲਈ ਹਜ਼ਾਰਾਂ ਪੰਜਾਬੀਆਂ ਦੇ ਕੀਤੇ ਗਏ ਬਲੀਦਾਨ ਦੀ ਯਾਦ ਵਿੱਚ ਬਣਾਈ ਗਈ ਸੀ। ਇਸ ਦੇ ਦੂਜੇ ਪੜਾਅ ਦਾ ਉਦਘਾਟਨ ਸੀਐਮ ਕੈਪਟਨ ਅਮਰਿੰਦਰ ਸਿੰਘ ਨੇ ਕੀਤਾ। ਅਦਾਕਾਰ ਅਕਸ਼ੇ ਕੁਮਾਰ ਜੋ ਆਪਣੀ ਨਵੀਂ ਫਿਲਮ ਕੇਸਰੀ ਦੀ ਸ਼ੂਟਿੰਗ ਵਿੱਚ ਰੁੱਝੇ ਹਨ, ਕਹਿੰਦੇ ਹਨ ਕਿ ਇਸ ਭੂਮਿਕਾ ਦੇ ਲਈ ਪੱਗ ਬੰਨ ਕੇ ਉਹ ਮਾਣ ਨਾਲ ਭਰ ਜਾਂਦੇ ਹਨ। ਉਹਨਾਂ ਦੀ ਆਪਣੀ ਫਿਲਮ ਕੇਸਰੀ ਸਾਰਾ ਗੜੀ ਦੀ ਲੜਾਈ ਦੇ ਆਧਾਰ ਉੱਤੇ ਇੱਕ ਵਾਰ ਡਰਾਮਾ ਫਿਲਮ ਹੈ, ਜਿਸ ਵਿੱਚ 21 ਸਿੱਖਾਂ ਦੀ ਫੌਜ 1897 ਵਿੱਚ ਅਫਗਾਨਾਂ ਨਾਲ ਲੜੀ ਸੀ। ਸਾਡੇ ਨਾਲ ਜੁੜੇ ਰਹੋ ਦੋਸਤੋ, ਅਸੀਂ ਭਾਰਤ ਅਤੇ ਕੈਨੇਡਾ ਦੀਆਂ ਮਹੱਤਵਪੂਰਨ ਖਬਰਾਂ ਦੇ ਨਾਲ ਜਲਦ ਵਾਪਸ ਆਵਾਂਗੇ। ਕਰੋਲ ਬਾਗ ਜਵੈਲਰਸ, ਗਹਿਣਿਆਂ ਦੇ ਲੇਟੈਸਟ ਡਿਜ਼ਾਈਨ ਲਈ ਪਹਿਲੀ ਚੁਆਇਸ। ਸੋਨੇ ਅਤੇ ਹੀਰੇ ਦੇ ਸੈੱਟ, ਚੂੜੀਆਂ ਅਤੇ ਕੜੇ, ਚੇਨ, ਜੜਾਉ ਸੈੱਟ ਅਤੇ ਹੋਰ ਵੀ ਕਈ ਗਹਿਣਿਆਂ ਤੇ ਸਪੈਸ਼ਲ ਡਿਸਕਾਊਂਟ। ਸਭ ਤੋਂ ਵੱਡੀ ਚੁਆਇਸ, ਬਿਹਤਰੀਨ ਸਰਵਿਸ ਅਤੇ ਸਭ ਤੋਂ ਵਾਜਿਬ ਰੇਟਾਂ ਲਈ ਆਓ ਕਰੋਲ ਬਾਗ ਜਵੈਲਰਸ ਅਤੇ ਰੂਪ ਜਵੈਲਰਸ। ਕਰੋਲ ਬਾਗ ਜਵੈਲਰਸ, 1098 ਪੀਟਰ ਰੋਬਰਟਸਨ ਬੁਲੇਵਾਰਡ, ਬ੍ਰੈਂਪਟਨ। ਰੂਪ ਜਵੈਲਰਸ, 503 ਰੇ ਲੌਸਨ ਬੁਲੇਵਾਰਡ, ਬ੍ਰੈਂਪਟਨ। ਇੰਡੀਅਨ ਟਾਈਮਜ਼ ਡੇਲੀ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਭਾਰਤ ਦੀਆਂ 10 ਮੁੱਖ ਖਬਰਾਂ ਹਨ।
ਕਥਿਤ ਡੇਟਾ ਚੋਰੀ ਤੇ ਮੁੱਦੇ ਤੇ ਕਾਂਗਰਸ ਅਤੇ ਭਾਜਪਾ ਨੇ ਦੋਸ਼ਾਂ ਦਾ ਵਪਾਰ ਕੀਤਾ ਹੈ। ਕਾਂਗਰਸ ਪ੍ਰੈਜ਼ੀਡੈਂਟ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਦੋਸ਼ ਲਾਇਆ ਹੈ ਕਿ ਉਹ ਸਰਕਾਰ ਵੱਲੋਂ ਪੇਸ਼ ਕੀਤੇ ਗਏ ਨਮੋ ਐਪ ਤੋਂ ਲੱਖਾਂ ਭਾਰਤੀਆਂ ਦੀ ਨਿੱਜੀ ਜਾਣਕਾਰੀ ਨਾਲ ਇੱਕ ਨਿੱਜੀ ਡੇਟਾਬੇਸ ਬਣਾਉਣ ਦੇ ਲਈ ਆਪਣੇ ਅਹੁਦੇ ਦਾ ਗਲਤ ਇਸਤੇਮਾਲ ਕਰ ਰਹੇ ਹਨ। ਭਾਜਪਾ ਨੇ ਇਸ ਤੋਂ ਇਨਕਾਰ ਕਰਕੇ ਰਾਹੁਲ ਗਾਂਧੀ ਨੂੰ ਤਕਨੀਕੀ ਰੂਪ ਤੋਂ ਅਨਪੜ੍ਹ ਕਿਹਾ ਹੈ। ਆਉਣ ਵਾਲੇ 2018 IPL ਸੀਜ਼ਨ ਦੇ ਲਈ ਸਟੀਵ ਸਮਿਥ ਨੇ ਰਾਜਸਥਾਨ ਰਾਇਲਸ ਦੀ ਕਪਤਾਨੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਉਹਨਾਂ ਨੇ ਮੰਨਿਆ ਹੈ ਕਿ ਨਿਊ ਲੈਂਡਸ ਵਿੱਚ ਆਸਟ੍ਰੇਲੀਆ ਅਤੇ ਸਾਊਥ ਅਫਰੀਕਾ ਦੇ ਵਿੱਚ ਖੇਡੇ ਗਏ ਤੀਜੇ ਟੈਸਟ ਮੈਚ ਵਿੱਚ ਜੋ ਗੇਂਦ ਨਾਲ ਛੇੜਛਾੜ ਹੋਈ ਸੀ ਉਹ ਪਹਿਲੇ ਤੋਂ ਹੀ ਯੋਜਨਾਬੱਧ ਸੀ। ਭਾਰਤ ਦੇ ਬੱਲੇਬਾਜ਼ ਅਜਿੰਕੇ ਰਹਾਣੇ ਹੁਣ ਟੀਮ ਦੇ ਕਪਤਾਨ ਹਨ। ਚਾਈਨਾ ਨੇ ਭਾਰਤ ਨਾਲ ਆਪਣੇ ਵੱਧਦੇ ਵਪਾਰਕ ਸਰਪਲਸ ਦੇ ਮੁੱਦੇ ਨੂੰ ਹੱਲ ਕਰਨ ਅਤੇ ਹੋਰ ਸੰਤੁਲਿਤ ਵਪਾਰਕ ਸੰਬੰਧਾਂ ਤੇ ਕੰਮ ਕਰਨ ਦਾ ਵਾਅਦਾ ਕੀਤਾ ਹੈ। ਇਸ ਨੇ ਵਿਸ਼ੇਸ਼ ਤੌਰ ਤੇ ਵਿਸ਼ਵ ਪੱਧਰ ਤੇ ਸੁਰੱਖਿਆਵਾਦੀ ਰੁਝਾਨਾਂ ਨੂੰ ਵਧਾਉਣ ਦੇ ਸਮੇਂ ਰੀਜਨਲ ਕੰਪ੍ਰੀਹੈਂਸਿਵ ਇਕਨੋਮਿਕ ਪਾਰਟਨਰਸ਼ਿਪ ਨੈਗੋਸੀਏਸ਼ਨ ਤੇ ਧਿਆਨ ਦੇਣ ਦੀ ਬੇਨਤੀ ਕੀਤੀ ਹੈ। BSP ਚੀਫ ਮਾਇਆਵਤੀ ਨੇ ਸੰਕੇਤ ਦਿੱਤਾ ਹੈ ਕਿ ਉਨ੍ਹਾਂ ਦੀ ਪਾਰਟੀ 2019 ਦੀਆਂ ਲੋਕ ਸਭਾ ਚੁਣਾਵਾਂ ਵਿੱਚ ਸਮਾਜਵਾਦੀ ਪਾਰਟੀ ਨਾਲ ਜੁੜ ਸਕਦੀ ਹੈ। ਹਾਲ ਹੀ ਵਿੱਚ ਹੋਏ ਗੋਰਖਪੁਰ ਅਤੇ ਫੁੱਲਪੁਰ ਪਾਰਲੀਮੈਂਟਰੀ ਚੁਣਾਵਾਂ ਵਿੱਚ ਇੱਕ ਸਮੇਂ ਦੇ ਵਿਰੋਧੀ ਨੇ ਭਾਜਪਾ ਨੂੰ ਹਰਾਉਣ ਵਿੱਚ ਉਨ੍ਹਾਂ ਦੀ ਮਦਦ ਕੀਤੀ ਸੀ। ਚਾਈਨਾ ਨੇ ਕਿਹਾ ਹੈ ਕਿ ਡੋਕਲਾਮ ਇੱਕ ਚਾਈਨੀਜ਼ ਖੇਤਰ ਹੈ ਅਤੇ ਸਥਿਤੀ ਨੂੰ ਬਦਲਣ ਦਾ ਸਵਾਲ ਪੈਦਾ ਹੀ ਨਹੀਂ ਹੁੰਦਾ। ਭਾਰਤ ਦੇ ਰਾਜਦੂਤ ਗੌਤਮ ਬੰਬਾ ਵਾਲੇ ਨੇ ਬੀਜਿੰਗ ਨੂੰ ਪਲੈਟੂ ਦੇ ਮੌਜੂਦਾ ਹਾਲਾਤਾਂ ਨੂੰ ਬਦਲਣ ਦੀ ਕੋਈ ਵੀ ਕੋਸ਼ਿਸ਼ ਕਰਨ ਤੋਂ ਚੇਤਾਵਨੀ ਦੇਣ ਦੇ ਬਾਅਦ ਇਹ ਬਿਆਨ ਦਿੱਤਾ। ਸੁਪਰੀਮ ਕੋਰਟ ਨੇ ਚੁਣਾਵਾਂ ਦੀ ਪ੍ਰਤੀਕਿਰਿਆ ਦੀ ਸ਼ੁੱਧਤਾ ਅਤੇ ਪਵਿੱਤਰਤਾ ਤੇ ਚਿੰਤਾ ਜਤਾਈ ਹੈ। ਇਹ ਸਵਾਲ ਉੱਠਦਾ ਹੈ ਕਿ ਕਿਸ ਤਰ੍ਹਾਂ ਲੋਕਾਂ ਨੂੰ ਅਪਰਾਧਿਕ ਮਾਮਲਿਆਂ ਵਿੱਚ ਸਜ਼ਾ ਮਿਲਣ ਤੋਂ ਰੋਕਿਆ ਗਿਆ, ਕਿਸ ਤਰ੍ਹਾਂ ਉਹਨਾਂ ਨੂੰ ਚੁਣਾਵ ਲੜਨ ਅਤੇ ਜਨਤਕ ਦਫ਼ਤਰ ਰੱਖਣ ਦੀ ਇਜਾਜ਼ਤ ਮਿਲ ਜਾਂਦੀ ਹੈ। ਮਹਾਰਾਸ਼ਟਰ ਦੇ ਬੁਲਧਾਨਾ ਜ਼ਿਲ੍ਹੇ ਦੇ 91 ਕਿਸਾਨਾਂ ਦੇ ਇੱਕ ਸਮੂਹ ਨੇ ਰਾਜ ਸਰਕਾਰ ਤੋਂ ਯੂਥਨੇਸ਼ੀਆ ਨਾਲ ਜੂਝਦੇ ਹੋਏ ਸੁਸਾਈਡ ਕਰਨ ਦੀ ਇਜਾਜ਼ਤ ਮੰਗੀ ਹੈ। ਉਹਨਾਂ ਨੇ ਇਹ ਫੈਸਲਾ ਇਸ ਲਈ ਕੀਤਾ ਕਿਉਂਕਿ ਉਹਨਾਂ ਨੂੰ ਉਹਨਾਂ ਦੀ ਫਸਲਾਂ ਲਈ ਬਰਾਬਰ ਪੈਸੇ ਨਹੀਂ ਮਿਲ ਰਹੇ ਸਨ। ਸੁਪਰੀਮ ਕੋਰਟ ਮੁਸਲਮਾਨਾਂ ਵਿਚਕਾਰ ਹੁੰਦੇ ਬਹੁ ਵਿਆਹ ਅਤੇ ਨਿਕਾਹ ਹਲਾਲਾ ਦੀ ਪ੍ਰਥਾ ਦੀ ਸੰਵਿਧਾਨਿਕ ਯੋਗਤਾ ਦੀ ਜਾਂਚ ਕਰੇਗੀ। ਪਿਛਲੇ ਸਾਲ ਟ੍ਰਿਪਲ ਤਲਾਕ ਨੂੰ 3-2 ਦੀ ਬਹੁਮਤ ਤੋਂ 1-5 ਜੱਜਾਂ ਦੇ ਸੰਵਿਧਾਨਿਕ ਬੈਂਚ ਨੇ ਗੈਰ ਕਾਨੂੰਨੀ ਕਰਨ ਦਾ ਫੈਸਲਾ ਸੁਣਾਇਆ ਸੀ। ਕਰਨਾਟਕਾ ਦੀ ਮਹਿਲਾ IPS ਆਫਿਸਰ ਡੀ ਰੂਪਾ ਮੋਡਗਿਲ ਨੇ ਆਪਣੇ ਕੰਮ ਦੇ ਲਈ 2 ਲੱਖ ਰੁਪਏ ਦੇ ਵੱਡੇ ਨਕਦ ਇਨਾਮ ਨੂੰ ਲੈਣ ਤੋਂ ਇਨਕਾਰ ਕਰ ਦਿੱਤਾ ਹੈ। ਉਹਨਾਂ ਨੇ AIADMK ਲੀਡਰ VK ਸ਼ਸ਼ੀਕਲਾ ਦੇ ਕੈਦੀਆਂ ਨੂੰ ਸਮਰਥਨ ਕਰਨ ਦਾ ਖੁਲਾਸਾ ਕੀਤਾ ਸੀ। ਮਹਾਨ ਨਾਇਕ ਅਮਿਤਾਭ ਬੱਚਨ ਕਹਿੰਦੇ ਹਨ ਕਿ ਭਾਰਤੀ ਸਿਨੇਮਾ ਵਿੱਚ ਉਹਨਾਂ ਦੇ ਯੋਗਦਾਨ ਦੇ ਲਈ ਹੋਰ ਕਿੰਨਾ ਵੀ ਜਸ਼ਨ ਮਨਾ ਲੈਣ, ਪਰ ਉਹਨਾਂ ਦੇ ਲਈ ਇਹ ਇੱਕ ਕਲੋਜ਼ ਚੈਪਟਰ ਹੀ ਰਹੇਗਾ। ਹਾਲਾਂਕਿ ਉਹ ਮਹਿਸੂਸ ਕਰਦੇ ਹਨ ਕਿ ਕਿਸੇ ਨੂੰ ਸੈਲੀਬ੍ਰਿਟੀ ਤੋਂ ਦੂਰ ਕਰਨਾ ਇੱਕ ਬਹੁਤ ਵੱਡਾ ਕੰਮ ਹੈ ਜਿਸ ਵਿੱਚ ਉਹ ਵਿਸ਼ਵਾਸ ਨਹੀਂ ਕਰਦੇ। ਸਾਡੇ ਨਾਲ ਜੁੜੇ ਰਹੋ ਦੋਸਤੋ, ਅਸੀਂ ਕੈਨੇਡਾ ਦੀਆਂ ਮਹੱਤਵਪੂਰਨ ਖਬਰਾਂ ਦੇ ਨਾਲ ਜਲਦ ਵਾਪਸ ਆਵਾਂਗੇ। Get the mortgage that's best for you from Abdul Kaiser, Principal Broker of Ingenious Mortgages. We offer first and second mortgages and refinancing. We deal with multiple lenders. We also conduct the REMIC course and exam to become a mortgage agent in just 1 week at our location. Call us at 416-887-9196 or log on to www.ingeniousmortgages.ca. IndianTimesDaily.com ਤੇ ਤੁਹਾਡਾ ਸਾਰਿਆਂ ਦਾ ਫਿਰ ਤੋਂ ਸਵਾਗਤ ਹੈ। ਕੈਨੇਡਾ ਦੀਆਂ 10 ਮੁੱਖ ਖਬਰਾਂ ਹਨ। UK ਵਿੱਚ ਨਰਵ ਏਜੰਟ ਹਮਲੇ, ਜਿਸਨੇ ਇੱਕ ਸਾਬਕਾ ਰਸ਼ੀਅਨ ਜਾਸੂਸ ਅਤੇ ਉਸਦੀ ਕੁੜੀ ਨੂੰ ਗੰਭੀਰ ਹਾਲਤ ਵਿੱਚ ਛੱਡ ਦਿੱਤਾ, ਦੇ ਜਵਾਬ ਵਿੱਚ 4 ਰਸ਼ੀਅਨ ਕੂਟਨੀਤਿਕਾਂ ਨੂੰ ਦੇਸ਼ ਵਿੱਚੋਂ ਕੱਢ ਦਿੱਤਾ ਹੈ। UK ਦੇ 23 ਰਸ਼ੀਅਨ ਕੂਟਨੀਤਿਕਾਂ ਨੂੰ ਦੇਸ਼ ਵਿੱਚੋਂ ਕੱਢਣ ਤੋਂ ਬਾਅਦ US ਅਤੇ ਹੋਰ ਯੂਰੋਪੀਅਨ ਦੇਸ਼ਾਂ ਨੇ ਵੀ ਇਹੀ ਕੀਤਾ ਹੈ। ਕੈਲਗਰੀ ਸਥਿਤ ਸਿੱਖ ਰੀਅਲ ਇਸਟੇਟ ਟਾਈਕਨ ਬੌਬ ਢਿੱਲਨ ਨੇ ਉਸਦੀ ਯੂਨੀਵਰਸਿਟੀ ਵਿੱਚ ਪੰਜਾਬ ਅਤੇ ਬਾਕੀ ਦੇ ਭਾਰਤ ਦੇ ਵਿਦਿਆਰਥੀਆਂ ਨੂੰ ਭਵਿੱਖ ਦੀ ਸਿੱਖਿਆ ਦੇਣ ਦੇ ਆਪਣੇ ਸੁਪਨੇ ਦਾ ਖੁਲਾਸਾ ਕੀਤਾ ਹੈ। ਯੂਨੀਵਰਸਿਟੀ ਆਫ ਲੈਥਬ੍ਰਿਜ ਵਿੱਚ $10 million ਨਿਵੇਸ਼ ਕਰਨ ਤੋਂ ਬਾਅਦ ਉਹਨਾਂ ਨੇ ਬਿਜ਼ਨਸ ਸਕੂਲ ਦਾ ਨਾਂ ਬਦਲ ਕੇ ਢਿੱਲਨ ਸਕੂਲ ਆਫ ਬਿਜ਼ਨਸ ਰੱਖ ਦਿੱਤਾ ਹੈ। ਨਵੇਂ ਸਰਵੇ ਦੇ ਮੁਤਾਬਕ ਟਰੂਡੋ ਲਿਬਰਲ ਸਰਕਾਰ ਨੂੰ ਅਸੰਤੁਸ਼ਟੀ ਦਾ ਝਟਕਾ ਲੱਗਿਆ ਹੈ ਕਿ ਉਹਨਾਂ ਦੀ ਰੇਟਿੰਗ 44% ਤੱਕ ਘੱਟ ਗਈ ਹੈ। ਸਰਵੇ ਕੀਤੇ ਗਏ 1003 ਕੈਨੇਡੀਅਨਸ ਵਿੱਚੋਂ 56% ਨੇ ਕਿਹਾ ਹੈ ਕਿ ਲਿਬਰਲਸ ਕੋਲੋਂ ਜੋ ਉਮੀਦ ਕੀਤੀ ਸੀ ਉਹ ਉਸ ਤੋਂ ਘੱਟ ਹਨ। 35% ਵੋਟਰ ਔਰਤਾਂ ਕੰਜ਼ਰਵੇਟਿਵਸ ਨੂੰ ਵੋਟ ਦੇਣ ਗਈਆਂ। ਬ੍ਰਿਟਿਸ਼ ਕੋਲੰਬੀਆ ਵਿੱਚ ਨਸ਼ੇ ਦੀ ਜ਼ਰੂਰਤ ਤੋਂ ਜ਼ਿਆਦਾ ਇਸਤੇਮਾਲ ਦੇ ਕਰਕੇ ਸਾਲ 2017 ਵਿੱਚ 1400 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਸੀ, ਜਿਸ ਕਰਕੇ ਇਹ ਹੁਣ ਤੱਕ ਦਾ ਸਭ ਤੋਂ ਦੁਖਦਾਈ ਸਾਲ ਸੀ। ਪਿਛਲੇ ਸਾਲ ਮੌਤਾਂ ਵਿੱਚੋਂ 81% ਮੌਤ ਓਪੀਓਇਡ ਫੈਂਟਨਾਈਲ ਦੇ ਵਜ੍ਹਾ ਕਰਕੇ ਹੋਈ ਸੀ। ਮਰਨ ਵਾਲੇ ਕੁਝ 90% ਲੋਕ ਘਰ ਦੇ ਅੰਦਰ ਇਕੱਲੇ ਸੀ ਜਦੋਂ ਓਵਰਡੋਜ਼ ਨਾਲ ਜੂਝ ਰਹੇ ਸਨ। ਕੈਨੇਡਾ ਭਰ ਵਿੱਚ ਚੁਣਾਵ ਕਰਾਉਣ ਦੇ ਢੰਗ ਨੂੰ ਸੁਧਾਰਨ ਦੇ ਲਈ ਲਿਬਰਲ ਸਰਕਾਰ ਬਿੱਲਸ ਨੂੰ ਪੁਸ਼ ਕਰਨ ਦੀ ਜਲਦਬਾਜ਼ੀ ਵਿੱਚ ਹੈ। ਪਾਰਲੀਮੈਂਟ ਵੱਲੋਂ ਸਰਕਾਰ ਕੋਲ 3 ਬਿੱਲਸ ਪੁਸ਼ ਕਰਨ ਦੇ ਲਈ ਸਿਰਫ 7 ਮਹੀਨੇ ਰਹਿ ਗਏ ਹਨ, ਜੋ 2019 ਦੇ ਸੰਘੀ ਚੁਣਾਵਾਂ ਤੋਂ ਪਹਿਲਾਂ ਤਬਦੀਲੀਆਂ ਨੂੰ ਲਾਗੂ ਕਰਨ ਦੇ ਲਈ 1 ਸਾਲ ਲਵੇਗਾ। ਵਿੱਤੀ ਵਿਭਾਗ ਦੇ ਦਸਤਾਵੇਜ਼ਾਂ ਤੋਂ ਪਤਾ ਲੱਗਦਾ ਹੈ ਕਿ ਸੰਘੀ ਸਰਕਾਰ ਦਾ ਮਾਰਕੀਟ ਕਰਜ਼ ਪਹਿਲੀ ਵਾਰ $1 ਟ੍ਰਿਲੀਅਨ ਤੱਕ ਪਹੁੰਚ ਗਿਆ ਹੈ।
हाल ही फैडरल बजट ने बाजार के कर्ज और फैडरल सरकार की उधार लैन की सीमा दोनों के पास होने पर हवाला दिता है। कंजरवेटिवस और नए डेमोक्रेट्स ने दावा किया है कि उन्होंने कदे भी वोट्स के लिए कैनेडियंस को फेसबुक द्वारा उनकी जानकारी नहीं लिती है। लिबरल्स ने कहा है कि वो एक प्राइवेसी पॉलिसी फॉलो करते हैं जिस तो वो अपने अकाउंट तो अलावा होर कोई दूजा अकाउंट एक्सेस नहीं कर सकते। कैनेडा की जबरदस्त इंसाफ प्रणाली को तेज करने की कोशिश के हिस्से वजो फैडरल सरकार फौजदारी कार्रवाई में शुरुआती पूछगिछ के इस्तेमाल को घटाने के लिए एक नवा कानून लागू करेगी। पेश किया कानून एससी के फैसले के जवाब में आया है जिसने क्रिमिनल कार्रवाई के लिए समय की नवी सीमा तय की है। हाल ही के सर्वे तो पता चलिया है कि कुछ 3/4 कैनेडियंस अपनी फेसबुक के इस्तेमाल की आदतों में तब्दीली करेंगे। हाल ही हुए डेटा लीक के घोटाले तो बाद कैनेडा में हर 10 विचों एक बंदे ने दावा किया है कि वह फेसबुक तो ब्रेक ले लेगा या फिर अपना खाता ही बंद कर देगा। द जूनो अवार्ड 2018 बेयर नेकेड लेडीज का भावनात्मक पुनर्मिलाप होया जिस दे नाल स्टीव पेज और माइकल बुबले भी स्टेज पर आए और रैप करके सारा हैरान कर दिता। कनेडियन रॉक बैंड नू कनेडियन म्यूजिक हॉल ऑफ फेम में जगह मिल गई है। बैंड सन 1900 तो 2000 की शुरुआत तक मशहूर सी। इसी दे नाल साडा न्यूज़ बुलेटिन हुण समाप्त हुंदा है पर तुसी इंडियन टाइम्स डेली ते लॉकडाउन रहो क्योंकि अगे असीं लैके आ रहे हैं बॉलीवुड दीआं खबरां। इस तो अलावा हुण इस पोर्टल ते तुसी अकाउंटिंग फर्म तो लैके वेडिंग प्लानर तक दे सारे कनेडियन बिजनेसिस अते रिसोर्सिस नू लभ सकते हन। इंडियन टाइम्स डेली च असीं सारे चाहुंदे हां कि तुहाडा अज दा दिन शुभ अते खुशगवार गुजरे। Welcome to the Field Fresh Supermarket. One-stop shop for fresh vegetables, fruits, bakery products, Indian and Chinese grocery and much more. Visit us today at 5661 Steeles Avenue East in Scarborough, major intersection Steeles and Middlefield. Check out our weekly flyers. Field Fresh Supermarket, always fresh. Actress Priyanka Chopra, who was in Mumbai for almost a week, was recently clicked at the airport as she was heading back to New York to resume the shoot of her hit television show Quantico. The show will go on air from April 2018. Priyanka looked stunning in a white shirt and denims. She was all smiles as she posed for photos for the paparazzi. There, she hugged her mother before heading into the airport. As per the reports, Priyanka will announce her Bollywood project soon. Saif Ali Khan's daughter Sara Ali Khan was also spotted in the city at cinema hall in all white attire and she was looking very simple and pretty. Soon she will make her Bollywood debut with Kedarnath opposite Sushant Singh Rajput. Yulia Vantur was also spotted in the city who just sang her Jai song along with Manish Paul. Immigration Terminal, the specialist for visitor visa, student visa, business immigration, family sponsorship, work permits, PNP programs, live-in caregivers and LMIA applications. Highly experienced in cases involving criminal or medical admissibility and previously refused or misrepresentation cases. Call 416-675-5666 in Ontario or 778-927-3455 in BC. Email us at info@immigrationterminal.ca. Immigration Terminal, right consultants, right future. Actress Isha Gupta, who is currently working on her maiden Iranian project, Devil's Daughter, has been off late sharing posts that speculate as for her marriage. Isha shared Insta stories where she claims to be ready to get married with boyfriend, designer Nikhil Thampi. The caption of her pictures read, "Come on now, I'm ready," along with a ring emoji. In another, she calls Nikhil boyfriend. Well, earlier Gupta made it to the headlines with her sensuous photoshoot that she shared on her social media. Meanwhile, Isha has worked in Bollywood films like Jannat 2, Rustam and Commando 2. She will now make an appearance in the multi-star film Pultan. The movie also features Sonu Sood, Siddhant Kapoor, Gurmeet Chaudhary and Love Sinha. Scans Accounting. A team of highly professional accountants, we deliver quality and immeasurable assistance to our clients. For Canada audit assistance and your business loans, the only name you can trust. A professional accountant always makes a difference. For more information, call us at 416-741-0801 or visit us at scansaccountants.com.